ਸੋ ਬੀਤੇ ਦਿਨ ਜਿੱਥੇ ਵੋਟਿੰਗ ਹੋਈ ਉੱਥੇ ਹੀ ਅੰਮ੍ਰਿਤਸਰ ਤੋਂ ਉਮੀਦਵਾਰ ਔਸ਼ਲਾ ਦੇ ਪਰਿਵਾਰ ਦੇ ਨਾਲ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ, ਜਿਨ੍ਹਾਂ ਵੱਲੋਂ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕੀਤੀ ਗਈ। ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਹੁਣੇ ਹੁਣੇ ਵੋਟ ਕਾਸਟ ਕੀਤਾ ਹੈ, ਨਾਲ ਹੀ ਉਹਨਾਂ ਦੇ ਪਰਿਵਾਰ ਨੇ ਵੋਟ ਕਾਸਟ ਕੀਤਾ ਹੈ ਔਰ ਇਸੇ ਪਰਿਵਾਰ 'ਚ ਦੋ ਫਸਟ ਟਾਈਮ ਵੋਟਰ ਹਨ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਬਾਬਰ ਔਜਲਾ ਜੀ। ਤੁਹਾਡਾ ਨਾਂ ਕੀ ਹੈ ਜੀ? ਨਿਖਤ ਔਜਲਾ। ਤੁਸੀਂ ਦੋਵੇਂ ਔਜਲਾ ਸਾਹਿਬ ਦੇ ਫਰਜ਼ੰਦ ਹੋ? ਹਾਂ ਜੀ, ਮੈਂ ਉਹਨਾਂ ਦਾ ਬੇਟਾ ਹਾਂ। ਅੱਛਾ, ਤੁਸੀਂ ਲੋਕਤੰਤਰ ਦੇ ਵਿੱਚ ਕਿਸ ਢੰਗ ਨਾਲ ਹਿੱਸਾ ਲੈਣਾ ਚਾਹੀਦਾ? ਇਹ ਸਾਰਿਆਂ ਨੂੰ ਇਹੋ ਅਪੀਲ ਹੈ ਕਿ ਘੱਟੋ ਘੱਟ ਵੋਟ ਪਾਉਣ ਜ਼ਰੂਰ ਆਉਣ, ਕਿਉਂਕਿ ਜਿਹੜੀ ਜਦੋਂ ਵੋਟ ਪਾਉਣਗੇ ਫਿਰ ਉਦੋਂ ਹੀ ਉਹਨਾਂ ਦੀ ਸੇਹ ਸੁਣੀ ਜਾਊਗੀ, ਉਹ ਆਪਣਾ ਵਿਚਾਰ ਰੱਖਣਗੇ, ਉਹ ਆਪਣੇ ਕੈਂਡੀਡੇਟ ਨੂੰ ਵੋਟ ਪਾਉਣਗੇ ਅਤੇ ਵੋਟ ਉਹਨੀ ਪਾਉਣ ਜਿੰਨੇ ਕੰਮ ਕੀਤੇ ਨੇ ਅਤੇ ਜਿਹੜਾ ਉਹਨੂੰ ਲੱਗਦਾ ਠੀਕ ਕੈਂਡੀਡੇਟ ਆ। ਅਤੇ ਬਾਕੀ ਜੋ ਮੈਨੂੰ ਲੱਗਦਾ ਹੈ ਕਿ ਕਾਫੀ ਕੋਨਫੀਡੈਂਟ ਇਸ ਟਾਈਮ ਕਾਫੀ ਕੋਨਫੀਡੈਂਟ ਹੈ ਕਿ ਪੋਲਿੰਗ ਵਧੀਆ ਹੋਊਗੀ ਅਤੇ ਜੇ ਪੋਲਿੰਗ ਵਧੀਆ ਹੋਊਗੀ ਤਾਂ ਸਾਡੀ ਜਿੱਤ ਵੀ ਵੱਧ ਮਾਰਜਨ ਨਾਲ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਮੈਂ ਹੀ ਐਕਸਪੈਕਟ ਕਰਦੀ ਹਾਂ ਕਿ ਆਲ ਦ ਫਸਟ ਟਾਈਮ ਵੋਟਰਸ ਜ਼ਰੂਰ ਆਪਣੀ ਵੋਟ ਪਾਉਣ ਐਂਡ ਆਪਣਾ ਹੱਕ ਪੂਰਾ ਕਰਨ। ਅੱਛਾ, ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ ਜਿੱਦਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਸਿਰਫ ਉਹਨੂੰ ਵੋਟ ਕਾਸਟ ਕਰੋ, ਤੁਸੀਂ ਉਹਨੂੰ ਵੋਟ ਪਾਓ, ਤੁਹਾਨੂੰ ਕੀ ਲੱਗਦਾ ਕਿ ਕਿਹੜੇ ਨੌਜਵਾਨ ਜਿਹੜਾ ਖਾਸ ਤੌਰ 'ਤੇ ਤੁਹਾਡੀ ਉਮਰ ਦੇ ਜਿਹੜੇ ਨੌਜਵਾਨ ਨੇ, 18 ਤੋਂ 20-21 ਸਾਲ ਦੇ ਜਿਹੜੇ ਨੌਜਵਾਨ ਨੇ, ਉਹ ਕਿਹੜੇ ਮੁੱਦਿਆਂ ਨੂੰ ਮੁੱਖ ਰੱਖ ਕੇ ਇਹ ਵੋਟ ਕਾਸਟ ਕਰ ਰਹੇ ਨੇ? ਜੀ ਗੱਲ ਜਿਹੜੀ ਆ, ਜੇ ਤੁਸੀਂ ਪਿੰਡਾਂ ਵੱਲ ਚਲ ਜਾਓ ਤਾਂ ਕਰਜ਼ਾ ਮਾਫੀ ਦੀ ਬਹੁਤ ਵੱਡਾ ਜਿਹੜਾ ਕਿ ਮਤਲਬ ਬਹੁਤ ਇੱਕ ਵੱਡਾ ਮੁੱਦਾ ਆ, ਪਰ ਕਰਜ਼ਾ ਮਾਫ ਹੋਇਆ ਵੀ ਆ, ਇਹ ਮੈਂ ਆਪ ਸਟੱਡੀ ਵੀ ਕੀਤੀ ਆ ਫੈਕਟਸ ਦੇ ਬਾਰੇ। ਅਤੇ ਬਾਕੀ ਦੂਸਰਾ ਜਿਹੜਾ ਸਭ ਤੋਂ ਵੱਡਾ ਹੈ ਜੀ, ਉਹ ਬੇਰੁਜ਼ਗਾਰੀ ਦਾ ਆ ਕਿ ਰੁਜ਼ਗਾਰ ਨਹੀਂ ਜਨਰੇਟ ਹੁੰਦਾ। ਬਾਕੀ ਤਾਂ ਜੀ ਹੁਣ ਸਾਡੀ ਇਹੋ ਟਰਾਈ ਰਹੂਗੀ ਅਗਲੀ ਵਾਰ ਕਿ ਰੁਜ਼ਗਾਰ ਪੂਰਾ ਹੋਵੇ ਜੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਤੁਹਾਡਾ ਕੀ ਕਹਿਣਾ, ਕਿਹੜੇ ਮੁੱਦਿਆਂ ਤੇ ਨੌਜਵਾਨਾਂ ਨੂੰ ਵੋਟ ਕਾਸਟ ਕਰਨੀ, ਕਿਉਂਕਿ ਹਜੇ ਬਹੁਤ ਟਾਈਮ ਪਿਆ? ਅਨਕਾਊਂਟੇਬਲ ਮੁੱਦੇ ਆ ਇੱਥੇ ਦੇ ਅੰਮ੍ਰਿਤਸਰ ਸ਼ਹਿਰ ਨੂੰ ਲੈ ਕੇ, ਸੋ ਆਈ ਥਿੰਕ ਕਿ ਸਭ ਨੂੰ ਆਪਣੀ ਸਮਝ ਹੋਣੀ ਚਾਹੀਦੀ ਹੈ, ਪ੍ਰਾਇਰਟਾਈਜ਼ ਕਰਨਾ ਚਾਹੀਦਾ ਹੈ ਕਿ ਕਿਹੜੇ ਉਹਨਾਂ ਨੂੰ ਜ਼ਰੂਰੀ ਨੇ, ਐਜੂਕੇਸ਼ਨ ਹੈ, ਜੋਬਸ ਨੇ ਐਂਡ ਐਵਰੀਥਿੰਗ, ਸੋ ਉਹ ਧਿਆਨ 'ਚ ਰੱਖ ਕੇ ਵੋਟ ਕਰਨੀ ਚਾਹੀਦੀ ਹੈ। ਸੋ ਇਹ ਨੌਜਵਾਨ ਹਾਲਾਂਕਿ ਸਿਆਸੀ ਪਰਿਵਾਰ ਦੇ ਵਿੱਚੋਂ ਹਨ ਔਰ ਇਹਨਾਂ ਦਾ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੜ੍ਹਾ ਹੈ, ਪਰ ਇਹ ਲੋਕਾਂ ਨੂੰ ਅਪੀਲ ਇਹ ਕਰ ਰਹੇ ਹਨ ਕਿ ਜਿਹੜਾ ਉਮੀਦਵਾਰ ਉਹਨਾਂ ਨੂੰ ਚੰਗਾ ਲੱਗਦਾ ਹੈ ਉਸ ਨੂੰ ਵੋਟ ਪਾਉਣ ਔਰ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹਰ ਚੀਜ਼ ਨੂੰ ਤੋਲ ਨਾਪ ਕੇ ਉਸ ਤੋਂ ਬਾਅਦ ਆਪਣਾ ਵੋਟ ਕਾਸਟ ਕਰਨ। ਵੀਡੀਓ ਜਰਨਲਿਸਟ ਵਿਸ਼ਾਲ ਸ਼ਰਮਾ ਦੇ ਨਾਲ ਰਾਜੇਸ਼ ਗਿੱਲ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।